ਵਿਸ਼ੇਸ਼ ਮਹਿਮਾਨ ਡਾਕਟਰ ਗੁਰਿੰਦਰ ਸਿੰਘ ਜੀ, ਜਿਨ੍ਹਾਂ ਨੇ ਪ੍ਰੋਗਰਾਮ ਔਰਗਨਾਈਜ਼ ਕੀਤਾ, ਸਰਦਾਰ ਦੀਦਾਰ ਸਿੰਘ ਭੰਗਾ ਕੋਚ, ਸਰਦਾਰ ਰਣਜੀਤ ਸਿੰਘ ਜੀ ਐਨ ਸੀ ਸੀ ਅਫੀਸਰ ਖਾਲਸਾ ਸਕੂਲ ਅੰਮ੍ਰਿਤਸਰ ਸਾਹਿਬ, ਬਾਕੀ ਸਾਰੇ ਜਿੰਨੇ ਵੀ ਇੱਥੇ ਸਰਕਾਰ ਸ਼ੀਸ਼ਾ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਬੜਾ ਨਿਬੇਕਲੀ ਕਿਸਮ ਦਾ ਫੰਕਸ਼ਨ ਹੈ, ਅੱਜ ਲੋੜ ਹੈ ਹਰ ਪਿੰਡ ਪਿੰਡ ਹਰ ਮੁਹੱਲੇ ਮੁਹੱਲੇ ਇਹੋ ਜਿਹੇ ਫੰਕਸ਼ਨ ਹੋਣ, ਤਾਂ ਜੋ ਇਹੋ ਜਿਹੇ ਜਿਹੜੇ ਰੋਲ ਮਾਡਲ ਸਾਡੇ ਸਾਹਮਣੇ ਬਾਬਾ ਗੁਰਿੰਦਰ ਸਿੰਘ ਜੀ ਵਰਗੇ ਹੈ, ਇਹਨਾਂ ਦੇ ਜੀਵਨ ਤੋਂ ਲੈ ਕੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸੇਧ ਲੈ ਸਕੇ। ਕਿਉਂਕਿ ਅੱਜ ਕੱਲ੍ਹ ਜਿਹੋ ਜਿਹਾ, ਹੁਣੇ ਬੈਂਸ ਸਾਹਿਬ ਵੀ ਗੱਲ ਕਰਦੇ ਸੀ, ਜਿਹੋ ਜਿਹਾ ਖਤਰਨਾਕ ਮਾਹੌਲ ਚੱਲਦਾ, ਆਉਣ ਵਾਲਾ ਪੰਜਾਬ ਦਾ ਭਵਿੱਖ ਜਿਹੜਾ ਉਹ ਬੜਾ ਡਾਰਕ ਮਿਲਦਾ। ਲੇਕਿਨ ਅਗਰ ਇਹੋ ਜਿਹੇ ਸੂਟਮੇ ਉੱਠੂਗੇ, ਖਾਸ ਕਰਕੇ ਗੁਰੂਆਂ ਦੀ ਧਰਤੀ ਤੋਂ ਔਰ ਸਾਡੇ ਨੌਜਵਾਨ ਇਹਨਾਂ ਤੋਂ ਸੇਧ ਲੈਣਗੇ, ਤਾਂ ਕੁਛ ਨਾ ਕੁਛ ਆਸ ਜ਼ਰੂਰ ਵੱਧਦੀ ਹੈ। ਅਸੀਂ ਅਖਬਾਰਾਂ ਪੜ੍ਹਦੇ ਹਾਂ ਬੜੇ ਮਾਣ ਦੇ ਨਾਲ, ਬਾਬਾ ਖਵਾਜਾ ਸਿੰਘ ਹੋਣਾ ਦਾ ਨਾਂ ਲਈਦਾ, ਬਜ਼ੁਰਗ ਅਥਲੀਟ ਹੈ, ਵੈਟਰਨ ਅਥਲੀਟ ਹੈ, ਮੈਨੂੰ ਵਿਦੇਸ਼ਾਂ ਵਿੱਚ ਵੀ ਉਹਨਾਂ ਨੂੰ ਦੌੜਦੇ ਆ ਵੇਖਣ ਦਾ ਮੌਕਾ ਮਿਲਿਆ। ਇੰਗਲੈਂਡ ਦੇ ਵਿੱਚ ਮੈਨੂੰ ਬੁਲਾਇਆ ਗਿਆ ਸੀ, ਇੰਗਲੈਂਡ ਕਬੱਡੀ ਫੈਡਰੇਸ਼ਨ ਦੁਆਰਾ ਉਹ ਕੰਮ ਕਰਵਾਉਂਦੇ ਆ ਹਰ ਸਾਲ, ਇੰਗਲੈਂਡ ਬਾਰੇ ਮੈਨੂੰ ਜਾਣ ਦਾ ਮੌਕਾ ਮਿਲ ਰਿਹਾ। ਉੱਥੇ ਵੀ ਉਹਨਾਂ ਨਾਲ ਬਹੁਤ ਸਾਰ ਗੱਲਾਂ ਵਿਚਾਰ ਵਟਾਂਦਰੇ ਹੁੰਦੇ ਰਹਿੰਦੇ ਆ ਫਤਿਹ ਸਿੰਘ ਹੋਣਾ ਨਾਲ। ਸੋ ਮੈਂ ਕਹਿੰਦਾ ਕਿ ਸਾਡੀ ਧਰਤੀ ਤੋਂ ਦੂਜੇ ਫਤਿਹ ਸਿੰਘ ਗੁਰੂ ਨੇ ਥਾਪੜਾ ਦਿੱਤਾ, ਔਰ ਉਸ ਦਿਨ ਛੇਤੀ ਆਊਗਾ ਕਿ ਇਹਨਾਂ ਦੀ ਵੀ ਸ਼ੋਹਰਤ ਜਿਹੜੀ ਹੈ ਗੁਰੂ ਦੀ ਕਿਰਪਾ ਨਾਲ ਫਤਿਹ ਸਿੰਘ ਜਿੰਨੀ ਉਹਨਾਂ ਬੁਲੰਦੀਆਂ ਦੀ ਹੋਊਗੀ। ਲੋੜ ਸਾਨੂੰ ਵੀ ਆ ਜਿਹੜੀ ਮੇਰੀ ਆ ਜਿਹੜੇ ਕਾਲਜ ਦੇ ਸ਼ਾਇਦ ਬੱਚੇ ਹੋਣਗੇ ਇਹਨਾਂ ਦੇ ਨਾਲ ਆਏ, ਔਰ ਮੈਂ ਆਸ ਕਰਦਾ ਕਿ ਇਹਨਾਂ ਦੇ ਨਕਸ਼ੇ ਕਦਮ 'ਤੇ ਚੱਲ ਕੇ ਜੇ ਬੱਚੇ ਵੀ ਸੇਧ ਲੈਣਗੇ, ਜਿਵੇਂ ਆਸਾ ਦੀ ਵਾਰ ਦੇ ਵਿੱਚ ਗੁਰੂ ਸਾਹਿਬ ਨੇ ਲਿਖਿਆ, ਨੱਚਣ ਕੁੱਦ ਨੂੰ ਮਨ ਕਰ ਜਾਓ। ਸੋ ਦੀਦਾਰ ਸਿੰਘ ਹੋਣਾ ਨੂੰ ਵੀ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਕਿਉਂਕਿ ਭਿਆਨਕ ਸਮੇਂ ਦੇ ਵਿੱਚ ਜਿਹੜੀ ਨਸ਼ਿਆਂ ਲਈ ਦੌੜ ਲੱਗੀ ਹੋਈ ਹੈ, ਕੁਛ ਤਾਂ ਬੱਚੇ ਜਿਹੜੇ ਇਹਨਾਂ ਨਾਲ ਜੋੜਨਗੇ, ਕੁਛ ਖੇਡਾਂ ਨਾਲ ਜੋੜਨਗੇ, ਕੁਛ ਭੰਗੜੇ ਨਾਲ ਜੋੜਨਗੇ, ਕੁਛ ਤਾਂ ਵਿਚਾਰ ਹੋਊਗਾ ਹੀ। ਅਸੀਂ ਜਿਵੇਂ ਪੁਰਾਣੀ ਕਹਾਣੀ ਸਿਆਣੇ ਸੁਣਾਉਂਦੇ ਹੁੰਦੇ ਆ ਕਿ ਜੰਗਲ ਨੂੰ ਅੱਗ ਲੱਗੀ, ਚਿੜੀ ਵੀ ਚੁੰਝ ਦੇ ਵਿੱਚ ਪਾਣੀ ਭਰ ਕੇ ਜਾਂਦੇ ਹੁੰਦੇ, ਤੁਸੀਂ ਨੇ ਪੁੱਛਿਆ ਤੂੰ ਇਹ ਅੱਗ ਬੁਝਾ ਦੇ ਵੀ ਚੁੰਝ ਨਾਲ, ਉਹ ਕਹਿੰਦੀ ਅੱਗ ਮੈਨੂੰ ਵੀ ਪਤਾ ਨਹੀਂ ਬੁਝਣੀ, ਲੇਕਿਨ ਕੱਲ੍ਹ ਨੂੰ ਜਦ ਇਤਿਹਾਸ ਲਿਖਿਆ ਜਾਊਗਾ ਤਾਂ ਮੇਰਾ ਨਾਂ ਅੱਗ ਲਾਉਣ ਵਾਲਿਆਂ ਸੀ, ਬੁਝਾਉਣ ਵਾਲਿਆਂ ਹੋਊਗਾ। ਸੋ ਅਸੀਂ ਥੋੜ੍ਹੀ ਥੋੜ੍ਹੀ ਵੀ ਆਪਣੀ ਜ਼ਿੰਮੇਵਾਰੀ ਸਮਝੀਏ, ਜਿੱਥੇ ਜਿੱਥੇ ਜੋ ਵੀ ਅਸੀਂ ਕਰ ਸਕਦੇ ਹਾਂ, ਅਸੀਂ ਸਾਰੇ ਆਪਣੇ ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ, ਜਿਵੇਂ ਪਹਿਲਾਂ ਜਿਹੋ ਜਿਹਾ ਪੰਜਾਬ ਹੁੰਦਾ ਸੀ ਉਹੋ ਜਿਹਾ ਪੰਜਾਬ ਬਣਾਉਣ ਲਈ ਯੋਗਦਾਨ ਪਾਈਏ। ਉਹ ਸੇਧ ਸਾਨੂੰ ਬਾਬਾ ਗੁਰਿੰਦਰ ਸਿੰਘ ਜੀ ਹੋਣਾ ਤੋਂ, ਔਰ ਸਾਡੇ ਰਣਜੀਤ ਸਿੰਘ ਹੋਣੀ ਮੈਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਾਂਗਾ, ਮੈਨੂੰ ਬੜਾ ਲੰਮਾ ਸਮਾਂ ਇਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਖਾਲਸਾ ਸਕੂਲ ਦੇ ਵਿੱਚ, ਔਰ ਇਸ ਉਮਰ ਦੇ ਵਿੱਚ ਵੀ ਮੈਂ ਇਹਨਾਂ ਨੂੰ ਭੰਗੜਾ ਪਾਉਂਦਿਆਂ ਇਸ ਮੌਕੇ ਦੇਖਿਆ ਸੀ, ਕਈ ਨੌਜਵਾਨਾਂ ਨਾਲੋਂ ਜ਼ਿਆਦਾ ਇਹਨਾਂ ਦੇ ਐਕਸ਼ਨ ਜਿਹੜੇ ਆ ਉਹ ਐਗੂਟੇਟ ਆਪ ਸੀ। ਸੋ ਸਾਈਕਲਿੰਗ ਐਸੋਸੀਏਸ਼ਨ ਦੇ ਤੁਸੀਂ ਜਿੰਨੇ ਵੀ ਮੈਂਬਰ ਇੱਥੇ ਖੜ੍ਹੇ ਹੋ, ਤੁਸੀਂ ਵੀ ਸਾਰੇ ਵਧਾਈ ਦੇ ਪਾਤਰ ਹੋ, ਬੜਾ ਦਿਲ ਖੁਸ਼ ਹੁੰਦਾ ਜਦੋਂ ਤੁਹਾਡੀਆਂ ਖਬਰਾਂ ਸੁਣੀਆਂ, ਤੁਸੀਂ ਬਾਹਰ ਜਾ ਕੇ ਸਾਈਕਲਿੰਗ ਕਰਦੇ ਹੋ, ਬੜਾ ਆਨੰਦਪੁਰ ਸਾਹਿਬ ਦਾ ਵੀ ਨਾਂ ਉੱਚਾ ਹੁੰਦਾ, ਤੁਹਾਨੂੰ ਵੀ ਨੌਜਵਾਨ ਦੇ ਵਿੱਚ ਖੇਡ ਲੈਂਦੇ ਆ। ਸੋ ਮੈਂ ਦੁਬਾਰਾ ਫਿਰ ਤੁਹਾਡਾ ਜ਼ਿਆਦਾ ਸਮਾਂ ਨਾ ਲਵਾਂ, ਪਹਿਲਾਂ ਤਾਂ ਦੀਦਾਰ ਸਿੰਘ ਹੋਣਾ ਨੂੰ ਮੁਬਾਰਕਬਾਦ, ਜਿਹੜੀ ਜਿਹਨਾਂ ਨੇ ਭੰਗੜਾ ਗਰੁੱਪ ਅਕੈਡਮੀ ਖੋਲ੍ਹੀ ਉਹਦੇ ਵਾਸਤੇ, ਔਰ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਵੀ ਕਰੂੰਗਾ ਕਿ ਵੱਧ ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਇਸ ਅਕੈਡਮੀ ਦੇ ਨਾਲ ਜੁੜਨ, ਔਰ ਉਹ ਵੀ ਆਪਣਾ ਜਿੱਥੇ ਸਰੀਰ ਬਣਾਉਣ, ਉੱਥੇ ਆਪਣੇ ਮਾਤਾ ਪਿਤਾ ਦਾ ਨਾਂ ਉੱਚਾ ਕਰਨ, ਬੁਰਾਈਆਂ ਤੋਂ ਬਚਣ, ਔਰ ਉੱਥੇ ਜਿਹੜੇ ਸਾਡੀ ਉਮਰ ਦੇ ਜਾਂ ਥੋੜ੍ਹੀ ਬਲੇਲੀ ਉਮਰ ਦੇ ਆ, ਖਾਸ ਕਰਕੇ ਬੱਚੇ ਵੀ ਬਾਬਾ ਜੀ ਤੋਂ ਇਹ ਅਸੀਂ ਜ਼ਰੂਰ ਸਿੱਖਿਆ ਲਈਏ, ਇਹਨਾਂ ਦੇ ਨਕਸ਼ੇ ਕਰਨ 'ਤੇ ਚੱਲ ਕੇ ਅਸੀਂ ਵੀ ਇਸ ਪਾਸੇ ਤੁਰੀਏ, ਔਰ ਬਾਬਾ ਜੀ ਦੇ ਭਵਿੱਖ ਵਾਸਤੇ ਜਿਹੜੇ ਨਾਲ ਅੱਗੇ ਕੰਪੀਟੀਸ਼ਨ ਹੈ ਉਹਨਾਂ ਵਾਸਤੇ ਸ਼ੁਭ ਇਸ਼ਾਵਾਂ ਸਾਡੇ ਸਾਰਿਆਂ ਵੱਲੋਂ ਦਿੱਤਾ ਹੋਇਆ। ਮੈਂ ਤੁਹਾਡੇ ਤੋਂ ਫਤਿਹ ਬੁਲਾਵਾਂ, ਇਜਾਜ਼ਤ ਲੈਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।